ਅਛਾ ਜੀ ਸਪੇਸ ਦੇ ਨਾਲ ਰਿਲੇਟਡ ਖਬਰ ਦੇਣ ਜਾ ਰਿਹਾ ਆ ਸੋ ਜਿਹੜੇ ਬੰਦੇ ਹਾ ਹਾ ਹੇ ਹਾਂ ਹਾਂ ਉਹ ਕਰਦੇ ਆ ਨਾ ਉਹ ਵੀਡੀਓ ਤੇ ਜਿਆਦਾ ਜ਼ੋਰ ਨਾ ਲਾਈਓ ਦਿਮਾਗ ਨਾ ਲਾਈਓ ਕਿਉਂਕਿ ਗੱਲਾਂ ਕੋਈ ਜੜੀਆਂ ਸੋਚ ਤੋਂ ਬਾਹਰ ਦੀਆਂ ਦਾਸ ਲੱਗਾ ਆ ਸੋ ਜੀ 2025 ਤੱਕ ਟਲ ਸਕਦੀ ਆ ਸੁਨੀਤਾ ਦੀ ਪ੍ਰਿਥਵੀ ਦੇ ਉੱਤੇ ਵਾਪਸੀ ਸੋ ਸਪੇਸਐਕਸ ਦੇ ਕਰੂ ਡ੍ਰੈਗਨ ਨੇ ਜਿਹੜਾ ਉਹ ਉਹਦੇ ਥਰੂ ਵਾਪਸ ਲਿਆਇਆ ਜਾ ਸਕਦਾ ਹੈ ਤੇ ਜੂਨ ਤੋਂ ਉਹ ਸਪੇਸ ਦੇ ਵਿੱਚ ਫਸੇ ਆ ਸੋ ਬੋਇੰਗ ਦੇ ਸਟਾਰਲਾਈਨਰ ਸਪੇਸਕ੍ਰਾਫਟ ਤੋਂ ਜਿਹੜਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਆਈਐਸਐਸ ਤੇ ਗਏ ਐਸਟਰੋਨੌਟ ਸੁਨੀਤਾ ਵਿਲੀਅਮਸ ਤੇ ਪੁੱਛ ਵਿਲਮੋਰ ਦੀ ਵਾਪਸੀ ਅਗਲੇ ਸਾਲ ਤੱਕ ਟਲ ਸਕਦੀ ਆ ਨਾਸਾ ਨੇ ਕਿਹਾ ਕਿ ਦੋਨੋਂ ਐਸਟਰੋਨੌਟ ਬੋਇੰਗ ਦੇ ਸਪੇਸ ਕ੍ਰਾਫਟ ਦੇ ਬਜਾਏ ਫਰਵਰੀ 2025 ਦੇ ਵਿੱਚ ਸਪੇਸਐਕਸ ਦੇ ਕਰੂ ਡ੍ਰੈਗਨ ਦੇ ਨਾਲ ਪ੍ਰਿਥਵੀ ਦੇ ਉੱਤੇ ਵਾਪਸ ਆ ਸਕਦੇ ਆ ਸਟਾਰਲਾਈਨਰ ਜਾਂ ਕਰੂ ਡ੍ਰੈਗਨ ਦਾ ਉਪਯੋਗ ਕਰਨ ਦੇ ਉੱਪਰ ਜਿਹੜਾ ਇਹ ਫੈਸਲਾ ਅਗਲੇ ਹਫ਼ਤੇ ਕਿਸੇ ਸਮੇਂ ਹੋਣ ਦੀ ਉਮੀਦ ਆ ਜਿਹੜੇ ਤਾਂ ਖਬਰ ਦੇਖ ਰਹੇ ਹੋ ਉਹਨਾਂ ਨੂੰ ਤਾਂ ਪਤਾ ਹੋਣਾ ਆ ਇਹ ਮਿਸ਼ਨ ਲਗਭਗ 8 ਦਿਨ ਦਾ ਸੀ ਲੇਕਿਨ ਸਟਾਰਲਾਈਨਰ ਦੇ ਉੱਤੇ ਪਰਪਲਸ਼ਨ ਸਿਸਟਮ ਦੀਆਂ ਸਮੱਸਿਆਵਾਂ ਦੇ ਕਾਰਨ ਦੋਨੋਂ ਐਸਟਰੋਨੌਟ ਹਜੇ ਤੱਕ ਪ੍ਰithvi ਦੇ ਉੱਤੇ ਜਿਹੜੇ ਉਹ ਵਾਪਸ ਨਹੀਂ ਆ ਪਾਏ ਆ ਸਟਾਰਲਾਈਨਰ ਮਿਸ਼ਨ 5 ਜੂਨ ਨੂੰ ਰਾਤ 8:22 ਤੇ ਲਾਂਚ ਹੋਇਆ ਯੂਐਲਏ ਦੇ ਐਟਲਸ ਵੀ ਰਾਕਟ ਦੇ ਨਾਲ ਇਹਨਾਂ ਨੂੰ ਲਾਂਚ ਕੀਤਾ ਗਿਆ ਸੀ ਤੇ ਸਪੇਸ ਕ੍ਰਾਫਟ 6 ਜੂਨ ਨੂੰ ਰਾਤ 11:30 ਤੇ ਆਈਐਸਐਸ ਪੁੱਜਿਆ ਸੀ ਇਹਨੂੰ ਰਾਤ 9:45 ਤੇ ਪੁੱਜਣਾ ਸੀ ਲੇਕਿਨ 28 4 5 ਰਿਐਕਸ਼ਨ ਕੰਟਰੋਲ ਥਰਸਟਰ ਦੇ ਵਿੱਚ ਪਰੇਸ਼ਾਨੀ ਆ ਗਈ ਸੀ ਤੇ ਥਰਸਟ ਕਮਜ਼ੋਰ ਹੋਣ ਦਾ ਜਿਹੜਾ ਇਹਦਾ ਕਾਰਨ ਇਹਦੇ ਕਰਕੇ ਜਿਹੜੀ ਓਵਰਹੀਟਿੰਗ ਥਰਸਟ ਜਿਹੜੀ ਉਹ ਦੱਸਿਆ ਜਾ ਰਿਹਾ ਤੇ ਨਵੇਂ ਟੈਸਟ ਡੇਟਾ ਤੋਂ ਪਤਾ ਚੱਲਦਾ ਹੈ ਕਿ ਓਵਰਹੀਟਿੰਗ ਥਰਸਟਰਸ ਦੇ ਕਾਰਨ ਟੈਫਲਾਨ ਸੀਲ ਦੇ ਉੱਤੇ ਅਸਰ ਪਿਆ ਆ ਜਿਹਦੇ ਨਾਲ ਪ੍ਰੋਪਲੈਂਟ ਫਲੋਸ ਸੀਮਿਤ ਹੋ ਗਿਆ ਤੇ ਥਰਸਟ ਕਮਜ਼ੋਰ ਤੁਸੀਂ ਜਾ ਕੇ ਜਦੋਂ ਸਰਚ ਕਰੋਗੇ ਨਾ ਇਹਦੇ ਬਾਰੇ ਤਾਂ ਬਹੁਤ इजीली ਤੁਹਾਨੂੰ ਸਮਝ ਲੱਗ ਜਾਊਗਾ ਜਦੋਂ ਤੁਸੀਂ ਡਰਾਇੰਗ ਦੇਖੋਗੇ ਸੋ ਐਸੇ ਦੇ ਵਿੱਚ ਨਾਸਾ ਇਹ ਤੈਅ ਨਹੀਂ ਕਰ ਪਾਰ ਰਿਹਾ ਕਿ ਰਿਸਕ ਚੱਕ ਕੇ ਸਟਾਰਲਾਈਨਰ ਜਿਹੜਾ ਉਹ ਕਰੂ ਲਿਆਏ ਕਰੂ ਡ੍ਰੈਗਨ ਦਾ ਸੁਰੱਖਿਤ ਆਪਸ਼ਨ ਜਿਹੜਾ ਉਹ ਚੁਣਿਆ ਜਾਏ ਸੋ ਮਿਸ਼ਨ ਬਦਲਿਆ ਤੇ ਬਿਨਾ ਕਰੂ ਦੇ ਵਾਪਸ ਆਏਗਾ ਸਟਾਰਲਾਈਨਰ ਜੇਕਰ ਨਾਸਾ ਸਟਾਰਲਾਈਨਰ ਦੇ ਮਿਸ਼ਨ ਨੂੰ ਬਦਲਣ ਦਾ ਫੈਸਲਾ ਕਰਦਾ ਹੈ ਤੇ ਬੋਇੰਗ ਸਪੇਸ ਕ੍ਰਾਫਟ ਨੂੰ ਬਿਨਾ ਕਰੂ ਦੇ ਵਾਪਸੀ ਦੇ ਲੇ ਕਨਫਿਗਰ ਕਰੇਗਾ ਤੇ ਬੋਇੰਗ ਦੇ ਲਈ ਝਟਕਾ ਹੋਏਗਾ ਕਿਉਂਕਿ ਇਹ ਉਹਦਾ ਟੈਸਟ ਮਿਸ਼ਨ ਹੈ ਇਹਦੇ ਸਫਲ ਹੋਣ ਦੇ ਉੱਪਰ ਹੀ ਨਾਸਾ ਤੋਂ ক্রੂ ਮਿਸ਼ਨ ਦੀ ਪਰਮਿਸ਼ਨ ਮਿਲੇਗੀ ਸਟਾਰ ਲਾਈਨਰ ਦੇ ਉੱਤੇ 1.6 ਬਿਲੀਅਨ ਡਾਲਰ ਖਰਚਾ ਜਿਹੜਾ ਹੋਇਆ ਆ ਤੇ ਇਹ ਜਿਹੜਾ ਮੈਂ ਦਸਤਵਾਰ ਦੋ ਹਿੱਸੇ ਆ ਕੇ ਵੀ ਮੈਂ ਬਹੁ ਵਾਰੀ ਦੱਸਿਆ ক্রੂ ਮੋਡਿਊਲ ਸਰਵਿਸ ਮੋਡਿਊਲ ਇਸ ਤੋਂ ਬਾਅਦ ਜਿਹੜਾ ਇਹ 16.5 ਫਿਟ 5 ਮੀਟਰ ਤੇ ক্রੂ ਮੋਡਲ ਪਲੱਸ ਸਰਵਿਸ ਮੋਡਿਊਲ स्टार लाइनर डायमीटर पंद्रह फिट चार पॉइंट मीटर एसेंट कवर एंट्री कवर फॉरवर्ड हीट शील्ड पैराशूट रीयूजेबल क्रू मॉड्यूल उस तो बाद लैंडिंग एयरबैग बेस हीट हीटशील्ड आरसीएस ओमैक थ्रस्ट थ्रस्टर सर्विस मॉड्यूल सोलर आरे तो लॉन्च ਰਵਾਟ ਇੰਜਨਸ ਜਿਹੜੇ ਹੋ ਇਹਦੇ ਚ ਤੁਸੀਂ ਜਾ ਕੇ ਜਦੋਂ ਡਰਾਇੰਗ ਦੇਖੋਗੇ ਪਤਾ ਲੱਗ ਜਾਊਗਾ ਸੋ 60 ਤੋਂ ਜ਼ਿਆਦਾ ਦਿਨ ਤੋ ਆਈਐਸਐਸ ਦੇ ਵਿੱਚ ਡੌਕ ਚਾ ਸਟਾਰਲਾਈਨਰ ਤੇ ਉਮੀਦ ਕਰਦੇ ਆਂ ਜੀ ਵਾਪਸੀ ਉਹਨਾਂ ਦੀ ਹੋਏਗੀ ਕਿਉਂਕਿ ਬਹੁਤ ਜ਼ਰੂਰੀ ਆ ਤੇ ਚੈੱਕ ਕਰਿਓ ਇਹ ਖਬਰ ਜਿਹੜੀ ਪੜਦੇ ਰਹੋ ਇਹ ਲਗਾਤਾਰ ਜਿਹੜੇ ਆਰਟੀਕਲਸ ਜਾਂ ਖਬਰਾਂ ਜੋ ਵੀ ਆ ਰਿਹਾ ਆ ਦੇਖਦੇ ਰਹੋ